ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀ ਵੀ। ਮੈਂ ਹਾਂ ਤੁਹਾਡੇ ਨਾਲ ਤੁਹਾਡੀ ਹੋਸਟ ਐਂਡ ਦੋਸਤ ਪ੍ਰਭਵਾਨੀ ਅਨੇਜਾ। ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ। ਪਾਕਿਸਤਾਨ ਅਤੇ ਭਾਰਤ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇੱਕ ਪਹਿਲਕਦਮੀ ਦਿਖਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਅਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਇੱਕ ਬਹੁਤ ਹੀ ਖੂਬਸੂਰਤ ਤੋਹਫ਼ਾ ਦਿੱਤਾ, ਜਿਸ ਦਾ ਇੰਤਜ਼ਾਰ 72 ਵਰ੍ਹਿਆਂ ਤੋਂ ਕੀਤਾ ਜਾ ਰਿਹਾ ਸੀ। ਸੋ ਖਾਸ ਤੌਰ 'ਤੇ 9 ਨਵੰਬਰ ਦੇ ਦਿਨ ਕਰਤਾਰਪੁਰ ਸਾਹਿਬ ਲਾਂਘੇ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਏ ਗਏ, ਜਿਸਦਾ ਪਹਿਲਾ ਜਥਾ ਭਾਰਤ ਵੱਲੋਂ ਰਵਾਨਾ ਕੀਤਾ ਗਿਆ ਸੀ 9 ਨਵੰਬਰ ਨੂੰ। ਸੋ 9 ਨਵੰਬਰ ਦੇ ਤੌਰ 'ਤੇ, ਖਾਸ ਤੌਰ 'ਤੇ ਉਸ ਦਿਨ ਵਾਸਤੇ, ਕਈ ਥਾਵਾਂ ਤੋਂ, ਦੁਨੀਆ ਤੋਂ, ਵੱਖ ਵੱਖ ਥਾਵਾਂ ਤੋਂ ਕਾਫੀ ਡੈਲੀਗੇਸ਼ਨਸ ਆਏ ਹੋਏ ਨੇ, ਡੈਲੀਗੇਟਸ ਆਏ ਹੋਏ ਨੇ, ਜਿਨ੍ਹਾਂ 'ਚੋਂ ਇੱਕ ਖਾਸ ਮਹਿਮਾਨ ਸਾਡੇ ਨਾਲ ਅੱਜ ਮੌਜੂਦ ਨੇ, ਮੈਂਬਰ ਪਾਰਲੀਮੈਂਟ ਟੋਰਾਂਟੋ ਤੋਂ ਬੋਬ ਸਰੋਇਆ ਜੀ। ਸਰ, ਬਹੁਤ ਬਹੁਤ ਸਵਾਗਤ ਤੁਹਾਡਾ ਸਾਂਝਾ ਟੀ ਵੀ ਦਾ। ਥੈਂਕ ਯੂ ਸੋ ਮਚ ਤੁਹਾਡੇ ਸਾਰੇ ਆਪਣੇ ਟੀ ਵੀ ਦੇ ਵਿਊਰ ਦੇ, ਸਾਂਝਾ ਟੀ ਵੀ ਦੇ ਵਿਊਰ ਲਈ ਮੇਰੇ ਵੱਲੋਂ ਬਹੁਤ ਬਹੁਤ ਨਿੱਘਾ ਸਤਿ ਸ਼੍ਰੀ ਅਕਾਲ। ਤੁਸੀਂ ਵਿਊਅਰਸ ਲਈ ਤੁਸੀਂ ਕਹਿ ਰਹੇ ਹੋ ਨਿੱਘਾ ਸਤਿ ਸ਼੍ਰੀ ਅਕਾਲ, ਅਸੀਂ ਕਹਿੰਦੇ ਹਾਂ ਕਿ ਵੈਲਕਮ ਟੂ ਇੰਡੀਆ ਫਸਟ। ਥੈਂਕ ਯੂ ਸੋ ਮਚ, ਰੀਅਲੀ ਅਪਰੀਸ਼ੀਏਟ ਇਟ। ਇਟਸ ਅ ਸਪੈਸ਼ਲ ਡੇ, ਇਟਸ ਅ ਸਪੈਸ਼ਲ ਫੀਲਿੰਗ ਕਮਿੰਗ ਬੈਕ ਹੋਮ, ਕਮਿੰਗ ਬੈਕ ਫੋਰ ਸਪੈਸ਼ਲ ਗੁਰੂ ਨਾਨਕ ਦੇਵ ਜੀ 550th ਬਰਥਡੇ। ਆਈ ਫੀਲ ਲੱਕੀ ਔਰ ਓਨਰ ਐਂਡ ਪ੍ਰਿਵਿਲੇਜ, ਪ੍ਰੋਬਬਲੀ ਦ ਰਾਈਟ ਵਰਡ, ਟੂ ਕਮ ਹੀਅਰ ਸਿਟਿੰਗ ਇਨ ਅੰਮ੍ਰਿਤਸਰ, ਗੋਇੰਗ ਟੂ ਦ ਫੰਕਸ਼ਨ ਟਿਲ ਦ ਬੋਰਡਰ, and many other things. If you see it in this place in Amritsar, all the delegates throughout the world, look at the smile, look at the smile on their face, all of us in the thing. Thank you tuhanda bahut bahut tuhanda, thank you tuhanda ta sade Indian community da, Punjabi community da, Sikh community da, jinna sanu welcome kar raha hai, ਬਹੁਤ ਬਹੁਤ ਧੰਨਵਾਦੀ ਹੈ। ਇਟਸ ਆਰ ਪਲੇਜ਼ਰ ਸਰ। ਸੋ ਅਸੀਂ ਗੱਲ ਕਰਦੇ ਹਾਂ ਕਰਤਾਰਪੁਰ ਲਾਂਘੇ ਦੀ ਗੱਲ ਕਰਦੇ ਹਾਂ, ਖਾਸ ਤੌਰ 'ਤੇ ਤੁਸੀਂ ਉਸੇ ਟੌਪਿਕ ਦੇ ਲਈ, ਉਸੇ ਚੀਜ਼ ਦੇ ਲਈ ਤੁਸੀਂ ਇੱਥੇ ਆਏ ਹੋ। ਸੋ ਕਰਤਾਰਪੁਰ ਲਾਂਘਾ, 72 ਵਰ੍ਹਿਆਂ ਦਾ ਇੰਤਜ਼ਾਰ, ਅਸੀਂ ਕਹਾਂਗੇ ਕਿ ਚੌਥੀ ਪੀੜ੍ਹੀ ਜਿਸਨੂੰ ਨਸੀਬ ਹੋਏ ਹੈ ਦਰਸ਼ਨ ਦੀਦਾਰੇ, ਇੱਕ ਤਰਫੋਂ ਅਗਰ ਕਿਹਾ ਜਾਏ, ਕਿਉਂਕਿ ਸਾਡੇ ਬਜ਼ੁਰਗ ਦਾਦਾ ਦਾਦੀ, ਗ੍ਰੈਂਡ ਪੇਰੈਂਟਸ, ਗ੍ਰੈਂਡ ਗ੍ਰੈਂਡ ਪੇਰੈਂਟਸ, ਉਹ ਚਾਹੁੰਦੇ ਸੀ ਕਿ 47 ਦੀ ਵੰਡ ਤੋਂ ਬਾਅਦ ਕੀ ਹੈ ਦਰਸ਼ਨ ਦੀਦਾਰੇ ਖੁੱਲ੍ਹੇ ਹੋਣ। ਅਸੀਂ ਹਰ ਰੋਜ਼ ਅਰਦਾਸਾਂ ਵਿੱਚ ਵੀ ਇਹੀਓ ਮੰਗਦੇ ਸੀ ਕਿ ਸਾਨੂੰ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਦੀਦਾਰੇ ਕਰਾਏ ਜਾਣ। ਕੱਲ੍ਹ ਉਸ ਥਾਂ 'ਤੇ ਪਹੁੰਚ ਕੇ, ਉਸਨੂੰ ਆਪਣੇ ਅੱਖੀਂ ਡਿੱਠੀ ਦੇਖ ਕੇ, ਭਾਵੇਂ ਤੁਸੀਂ ਬਾਰਡਰ ਤੱਕ ਹੀ ਜਾ ਪਾਏ, ਲੇਕਿਨ ਕਿਸ ਤਰੀਕੇ ਦਾ ਮਾਹੌਲ ਸੀ, ਕਿਸ ਤਰੀਕੇ ਦੀ ਫੀਲਿੰਗ ਸੀਗੀ? ਬਿਊਟੀਫੁਲ ਫੀਲਿੰਗ। ਲੈਟਸ ਗੋ ਬੈਕ ਟੂ 1947, ਦ ਮਿਸਟੇਕਸ ਮੇਡ ਇਨ 1947 ਫਾਈਨਲੀ ਇਜ਼ ਕਰੈਕਟਡ। ਆਈ ਐਮ ਹੋਪਿੰਗ ਦਿਸ ਵਿਲ ਕੰਟੀਨਿਊਸ, ਜਿਹਦੇ ਨਾਲ ਨਾਲ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਵੀ ਤਾਂ ਪਾਕਿਸਤਾਨ ਦੀ ਬਹੁਤ ਬਹੁਤ ਫਾਇਦਾ ਦੋਨਾਂ ਨੇ ਹੋਊ, ਇਫ ਦੇ ਕੈਨ ਕੰਟੀਨਿਊਸ। ਪਰ 47 ਤੋਂ ਲੈ ਕੇ 72 ਸਾਲ, ਜਿਸ ਤਰ੍ਹਾਂ ਤੁਸੀਂ ਕਿਹਾ, ਦੇਖਦਿਆਂ ਦੇਖਦਿਆਂ ਨਾ ਗਏ, ਗੁਰੂਆਂ ਨੂੰ ਲੋਕ ਤਰਸਦੇ ਰਹਿ ਗਏ। ਆਈ ਐਮ ਹੋਪਿੰਗ ਇਹ ਤੋਂ ਥੋੜ੍ਹਾ ਜਿਹਾ ਵੀ ਕੈਨ ਮੂਵ ਫੋਰਵਰਡ, ਗਾਹਾਂ ਵੀ ਬਾਕੀ ਵੀ ਗੁਰਦੁਆਰਿਆਂ ਤੱਕ ਸਿਮਲਰ ਸਿਚੁਏਸ਼ਨ ਹੋਵੇ, ਸਪੈਸ਼ਲੀ ਨਨਕਾਣਾ ਸਾਹਿਬ ਤੱਕ। ਬਟ ਬਹੁਤ ਖੁਸ਼ੀ ਵਾਲਾ ਦਿਨ, ਬਹੁਤ ਭਾਗਾਂ ਵਾਲਾ ਦਿਨ, ਇਸ ਆਨਰੇਬਲ ਸਿਚੁਏਸ਼ਨ ਜਿਹਦੇ ਨਾਲ ਨਾਲ ਅਸੀਂ ਬਹੁਤ ਹੀ ਖੁਸ਼ ਹਾਂ, ਸਾਰੇ ਸਿੱਖ, ਸਾਰੇ ਹਿੰਦੁਸਤਾਨੀ, ਸਾਰੇ ਭਾਰਤੀ ਬਹੁਤ ਹੀ ਖੁਸ਼ ਹੈ, ਜਿਹਦੇ ਨਾਲ ਸਾਡੇ ਵਿਛੜਿਓ ਗੁਰੂ ਸਾਨੂੰ ਮਿਲਾ ਦਿੱਤੇ ਗਏ, ਐਂਡ ਬਹੁਤ ਬਹੁਤ ਖੁਸ਼ੀ ਵਾਲਾ ਦਿਨ ਹੈ। ਇੰਡੀਅਨਸ ਨੂੰ ਵੀ, ਪੰਜਾਬੀਆਂ ਨੂੰ ਵੀ ਬਹੁਤ ਮਾਣ ਹੁੰਦਾ ਜਦ ਇੱਥੋਂ ਦੇ ਗਏ ਹੋਏ ਪੰਜਾਬੀ ਉੱਥੇ ਜਾ ਕੇ ਮੱਲਾਂ ਮਾਰਦੇ ਨੇ ਤੁਹਾਡੇ ਵਰਗੇ, ਇੱਕ ਵੱਡੀਆਂ ਕੁਰਸੀਆਂ 'ਤੇ ਬਹਿੰਦੇ ਨੇ ਅਤੇ ਪੰਜਾਬੀ ਕਮਿਊਨਿਟੀ ਨੂੰ ਰਿਪ੍ਰੈਜੈਂਟ ਕਰਦੇ ਨੇ, ਸੋ ਸਾਡੇ ਲਈ ਵੀ ਉਹ ਬਹੁਤ ਮਾਣ ਦੀ ਗੱਲ ਹੁੰਦੀ ਹੈ। ਸੋ ਬਤੌਰ ਉੱਥੋਂ ਦੀ ਕੰਟਰੀ ਤੋਂ ਇੱਕ ਰਿਪ੍ਰੈਜੈਂਟੇਟਿਵ ਇੱਥੇ ਆਉਣਾ, ਜਿਹੜਾ ਇੱਥੇ ਦੀ ਜਿਨ੍ਹਾਂ ਦੀ ਜੰਮਪਲ ਹੋਵੇ, ਆਪਣੇ ਜੱਦੀ ਪਿੰਡ ਵਿੱਚ ਆਉਣਾ, ਆਪਣੇ ਜੱਦੀ ਦੇਸ਼ ਵਿੱਚ ਆਉਣਾ, ਆਪਣੇ ਜੱਦੀ ਸੂਬੇ ਦੇ ਵਿੱਚ ਆਉਣਾ, ਉਹ ਕਿਸ ਤਰੀਕੇ ਦੀ ਫੀਲਿੰਗ ਹੈ? It's a good feeling coming. I just left the village, born in Hoshiarpur, not too far from this place. Grown up in a village, didn't imagine we can't get up there. ਇੱਥੇ ਤੱਕ ਪਹੁੰਚਣੇ, ਇਹਦੇ ਵਿੱਚ ਵੀ ਗੁਰੂਆਂ ਦੀ ਬਹੁਤ ਮਿਹਰ ਆ, ਇਹਦੇ ਵਿੱਚ ਵੀ ਜਿਹੜੀਆਂ ਸਾਨੂੰ ਚੀਜ਼ਾਂ ਸਾਡੇ ਧਰਮ ਦੇ ਵਿੱਚ ਬਾਬੇ ਨਾਨਕ ਹੋਣੀ ਦੱਸੀਆਂ ਗਈਆਂ 550 ਸਾਲ ਪਹਿਲਾਂ, 525 ਸਾਲ ਪਹਿਲਾਂ, ਉਹ ਸਾਡੇ ਵਿੱਚ ਕਾਫੀ ਹੈਲਪ ਕਰਦੀਆਂ। ਫੋਰ ਐਗਜ਼ਾਮਪਲ, ਜੇ ਤੁਸੀਂ ਦੇਖੋ, ਬਾਬੇ ਨਾਨਕ ਹੋਣੀ ਸਾਰੇ ਧਰਮਾਂ ਬਾਰੇ ਕਿਹਾ ਭਈ ਸਾਰੇ ਸਾਂਝੇ ਧਰਮ, ਇੱਕ ਓਂਕਾਰ, ਬਾਕੀ ਇਕੁਅਲਾਈਜ਼। ਹੁਣ ਵੈਸਟਰਨ ਵਰਲਡ ਦੇ ਵਿੱਚ ਤਾਂ ਪਿਛਲੇ 50-60 ਸਾਲ ਤੋਂ ਕਹਿਣ ਲੱਗੇ ਵੇਮੈਨ ਆਰ ਇਕੁਅਲ, ਰਾਈਟ ਰਾਈਟ ਰਾਈਟ। ਗੁਰੂ ਨਾਨਕ ਹੋਣੀ
500 ਸਾਲ ਪਹਿਲਾਂ ਕਿ ਅਸੀਂ ਸਾਡੇ ਸਾਰੇ ਅਸੀਂ ਇੱਕ ਆ, ਉਹਨਾਂ ਨੇ ਅਖਾਣ ਦਿੱਤਾ ਸੀ ਸੋ ਕਿਉਂ ਮੰਦਾ ਆਖੇ ਜੋ ਜੰਮੇ ਰਾਜਾਨ। ਐਗਜੈਕਟਲੀ। ਸੋ ਇਹ ਕਈ ਜਿਹੜੇ ਵੈਸਟਰਨ ਕੰਟਰੀਜ਼ ਦੇ ਐਜੂਕੇਟਡ ਲੋਕ ਆ, ਸਾਡੇ ਪ੍ਰਾਈਮ ਮਿਨਿਸਟਰ ਹਾਰਪਰ ਹੋਣੀ ਹੁੰਦੇ ਸੀਗੇ ਕੈਨੇਡਾ ਦੇ ਵਿੱਚ, ਉਹ ਐਗਜ਼ਾਮਪਲ ਦਿੰਦੇ ਹੁੰਦੇ ਸੀ ਵੀ ਜਿਹੜੀ ਸਾਡੀ ਕਲਚਰ ਆ, ਸਿੱਖ ਕਲਚਰ ਆ, ਜਿਹੜੇ ਬਾਬੇ ਗੁਰੂ ਨਾਨਕ ਆ, ਕਈ ਚੀਜ਼ਾਂ ਵੈਸਟਰਨ ਕੰਟਰੀ ਨੇ ਉਹਨਾਂ 'ਤੇ ਬੇਸਡ ਹੈ। ਸੋ ਗੋਇੰਗ ਬੈਕ ਟੂ ਮੇਰੇ 'ਤੇ ਆਉਣ 'ਤੇ ਵੀ ਜਿਹੜੀਆਂ ਉਹ ਗੱਲਾਂ ਆ ਜਿਹੜੀ ਅਸੀਂ ਰਿਸਪੈਕਟ, ਮਿਊਚੁਅਲ ਰਿਸਪੈਕਟ, ਰਿਸਪੈਕਟ ਇਨ ਐਵਰੀ ਸ਼ੇਪ ਐਂਡ ਫੋਰਮ, ਉਹ ਹੈਲਪ ਕਰਦੀ ਹੈ। ਐਮ ਪੀ ਬਣਨ ਵਾਸਤੇ ਦੂਸਰੇ ਕੰਟਰੀ ਜਾ ਕੇ ਦੂਸਰੇ ਲੋਕਾਂ ਨੂੰ ਪਰਸੂ ਕਰਦੇ, ਤੁਸੀਂ ਕੌਣ ਆ, ਤੁਸੀਂ ਕਿੱਦਾਂ ਉਹਨਾਂ ਨੂੰ ਰਿਪ੍ਰਜੈਂਟ ਕਰੋਗੇ। ਕਈ ਵਾਰੀ ਤੁਸੀਂ ਦੇਖਣ ਨੂੰ ਵੀ ਡਿਫਰੈਂਟ ਆ, ਤੁਹਾਡਾ ਰੰਗ ਡਿਫਰੈਂਟ ਆ, ਤੁਹਾਡੀ ਐਕਸੈਂਟ ਡਿਫਰੈਂਟ ਆ, ਸਾਡਾ ਸਭ ਕੁਛ ਆ, ਪਰ ਉਹਦੇ ਨਾਲ ਨਾਲ ਕਹਿੰਦੇ ਹੋਏ ਵੀ ਜਿਹੜੀਆਂ ਸਾਡੀਆਂ ਧਰਮ ਦੀਆਂ ਸਿਖਾਲੀਆਂ ਗੱਲਾਂ ਨੇ ਬਹੁਤ ਹੈਲਪ ਕੀਤੀ ਇੱਥੇ ਤੱਕ ਪਹੁੰਚਣ ਲਈ। ਅਸੀਂ ਕੈਨੇਡਾ ਦਾ ਜਦੋਂ ਵੀ ਜ਼ਿਕਰ ਹੁੰਦਾ ਨਾ, ਹੁਣ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਜਾਂ ਬਾਹਰਲੀਆਂ ਕੰਟਰੀਆਂ ਵਿੱਚ ਵੀ, ਤਾਂ ਕਿਹਾ ਜਾਂਦਾ ਕੈਨੇਡਾ ਇਜ਼ ਮਿੰਨੀ ਪੰਜਾਬ ਨਾਓ। ਸੋ ਪੰਜਾਬੀਆਂ ਨੇ ਇਸ ਤਰੀਕੇ ਦੀਆਂ ਮੱਲਾਂ ਉੱਥੇ ਮਾਰੀਆਂ ਨੇ ਕਿ ਹੁਣ ਮਿੰਨੀ ਪੰਜਾਬ ਕਿਹਾ ਜਾਂਦਾ, ਔਰ ਅੱਛਾ ਵੀ ਲੱਗਦਾ, ਬਹੁਤ ਮਾਣ ਵੀ ਮਹਿਸੂਸ ਹੁੰਦਾ। ਜੇਕਰ ਅਸੀਂ ਗੱਲ ਕਰੀਏ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦੀ, ਬੀਇੰਗ ਅ ਪੋਲੀਟੀਸ਼ੀਅਨ, ਤੁਸੀਂ ਕਿਵੇਂ ਦਾ, ਬੇਸ਼ੱਕ ਤੁਸੀਂ ਓਪੋਜੀਸ਼ਨ ਪਾਰਟੀ ਦੇ ਹੋ, ਲੇਕਿਨ ਕਿਸ ਤਰੀਕੇ ਦਾ ਫੀਲ ਕਰਦੇ ਹੋ ਕਿ ਦੋਹਾਂ ਦੇਸ਼ਾਂ ਵਿੱਚ ਵਾਲੇ ਰਿਸ਼ਤੇ ਕਿਹੋ ਜਿਹੇ ਨੇ? ਦੋਨਾਂ ਦੇ ਰਿਸ਼ਤੇ ਤਾਂ ਕਾਫੀ ਠੀਕ ਹੈਗੇ ਆ, ਪਰ ਕਾਫੀ ਇੰਪਰੂਵ ਕੀਤੇ ਜਾ ਸਕਦੇ ਆ। ਫਰੀ ਟ੍ਰੇਡ ਦੋਨਾਂ ਨੂੰ ਬਹੁਤ ਚਾਹੀਦਾ, ਜਿੱਦਾਂ ਜਿਹੜੀ ਅਸੀਂ ਤੁਸੀਂ ਕਹਿ ਲਓ ਇੰਡੀਆ ਦੇ ਵਿੱਚ ਘਾਟ ਕਈਆਂ ਚੀਜ਼ਾਂ ਦੀ ਹੈ, ਜਿਹਦੇ ਵਿੱਚ ਐਨਰਜੀ ਦੀ ਘਾਟ ਆ। ਅਸੀਂ ਸਮਝਦੇ ਹਾਂ, ਅਸੀਂ ਹੈਗੇ ਹਾਂ ਕੈਨੇਡਾ ਦੇ ਵਿੱਚ ਕਿ ਦ ਸੁਪਰ ਮਾਰਕੀਟ ਆਫ ਐਨਰਜੀ, ਰਾਈਟ, ਦ ਕਰੂਡ, ਜਿਹੜੇ ਤੁਸੀਂ ਕਿ ਤੁਹਾਡੇ 80% 90% ਤੁਸੀਂ ਬਾਹਰੋਂ ਲਿਆ ਸਕਦੇ, ਅਸੀਂ ਉਹ ਹੈਲਪ ਕਰ ਸਕਦੇ ਹਾਂ। ਜਿਹੜੀ ਸਾਰੀਆਂ ਐਨਰਜੀਆਂ ਦੇ ਵਿੱਚ ਸਾਡੇ ਕੋਲ ਇੰਨੀ ਹੈਗੀ, ਇੱਥੇ ਹੈਲਪ ਕਰ ਸਕਦੇ। ਉਹ ਤੋਂ ਇਲਾਵਾ ਸਾਡੇ ਸਟੀਵਨ ਹਾਰਪਰ ਹੋਣੀ, ਸਾਡੀ ਜਦੋਂ ਕੰਜ਼ਰਵੇਟਿਵ ਗਵਰਨਮੈਂਟ ਸੀ, ਉਹਨੇ ਬੱਚਿਆਂ ਬਾਰੇ ਖੋਲਿਆ ਸੀ, ਬੱਚੇ ਉਹਨਾਂ ਮਨਮੋਹਨ ਸਿੰਘ ਹੋਣੀ ਸੀਗੇ ਇੱਥੇ ਪ੍ਰਾਈਮ ਮਿਨਿਸਟਰ, ਉਹਨੇ ਕਿਹਾ ਸਾਡੇ ਬੱਚਿਆਂ ਨੂੰ ਸਿਖਾ ਲਓ ਬਾਹਰਲੈਸ ਸਿਮਤ। ਤਾਂ ਤੁਹਾਡੇ ਕੋਈ ਨਹੀਂ, ਕੋਈ 1.25 ਲੱਖ ਨਿਆਣਾ ਮੇਰਾ ਖਿਆਲ ਹੈਗਾ ਜਿਹੜਾ ਉੱਥੇ ਇਸ ਵੇਲੇ ਹੈਗਾ ਐਜੂਕੇਸ਼ਨ ਲੈ ਜਾਂਦੇ, ਥੋੜ੍ਹੇ ਮੁੜ ਕੇ ਵੀ ਆ ਜਾਂਦੇ, ਥੋੜ੍ਹੇ ਉੱਥੇ ਸੈਟਲ ਹੋ ਜਾਂਦੇ ਆ, ਥੋੜ੍ਹੇ ਹਾਲ ਵਿੱਚ ਵਿਚਾਲੇ ਜਿਹਾ ਹੈਗੇ ਆ। ਪਰ ਸਾਰੀ ਤਰ੍ਹਾਂ ਦੀਆਂ ਮੈਨੀ ਥਿੰਗਸ ਵੀ ਕੈਨ ਵਰਕ ਟੂਗੈਦਰ। ਦੋਨੋਂ ਕੰਟਰੀ ਇਸ ਦ ਡੈਮੋਕਰੈਟਿਕ ਸੋਸਾਇਟੀ, ਇਸ ਅ ਫਰੀ ਸੋਸਾਇਟੀ, ਫਰੀਡਮ ਆਫ ਸਪੀਚ, ਫਰੀਡਮ ਰਿਲੀਜਨ, ਫਰੀਡਮ ਆਫ ਐਕਸਪ੍ਰੈਸ਼ਨ, ਇਹ ਸਾਰੀਆਂ ਕਾਮਨ ਚੀਜ਼ਾਂ ਹੈਗੀਆਂ, ਜਿਹਨਾਂ ਦੇ ਨਾਲ ਨਾਲ ਅਸੀਂ ਜਿੰਨਾ ਵੀ ਅਸੀਂ ਲਾਗੇ ਹਾਂ, ਇਹ ਤੋਂ ਹੋਰ ਵੀ ਲਾਗੇ ਹੋਣਾ ਚਾਹੀਦਾ, ਜਿਹਦੇ ਨਾਲ ਦੋਨਾਂ ਮੁਲਕਾਂ ਦੀ ਤਰੱਕੀ ਹੋ ਸਕੇ। ਬਿਲਕੁਲ, ਹਾਲ ਹੀ ਦੇ ਵਿੱਚ 43rd ਫੈਡਰਲ ਇਲੈਕਸ਼ਨਸ ਹੋ ਕੇ ਹਟੀਆਂ ਨੇ, ਸੋ ਕੈਨੇਡਾ ਨੂੰ ਮਾਈਨੋਰਟੀ ਗਵਰਨਮੈਂਟ ਮਿਲੀ ਹੈ। ਬੀਇੰਗ ਅ ਪੋਲੀਟੀਸ਼ੀਅਨ ਔਰ ਬੀਇੰਗ ਅ ਪੋਲੀਟੀਕਲ ਮੈਂਬਰ ਆਫ ਕੰਜ਼ਰਵੇਟਿਵ ਪਾਰਟੀ, ਤੁਸੀਂ ਕੀ ਸੋਚਦੇ ਹੋ ਕਿ ਹੁਣ ਕੰਜ਼ਰਵੇਟਿਵ ਪਾਰਟੀ ਦਾ ਏਜੰਡਾ ਕੀ ਹੋਵੇਗਾ? ਓਪੋਜੀਸ਼ਨ ਦੀ ਕੁਰਸੀ 'ਤੇ ਬਹਿ ਕੇ ਹੁਣ ਕਿਸ ਤਰੀਕੇ ਦੇ ਹਾਊਸ ਆਫ ਕਾਮਨਸ ਦੇ ਵਿੱਚ ਡੀਲ ਕੀਤਾ ਜਾਵੇਗਾ? ਸੀਗੇ ਤਾਂ ਅਸੀਂ ਪਿਛਲੀ ਵਾਰ ਵੀ ਅਪੋਜੀਸ਼ਨ ਅਸੀਂ ਐਕਸਪੈਕਟ ਕਰਦੇ ਸੀ ਵੀ ਅਸੀਂ ਸ਼ਾਇਦ ਗਵਰਨਮੈਂਟ 'ਚ ਆ ਜਾਈਏ ਐਜ਼ ਅ ਮਿਨੋਰਟੀ ਗਵਰਨਮੈਂਟ, ਕਿਉਂਕਿ ਨੰਬਰ ਅਸੀਂ ਇਸ 43rd ਪਾਰਲੀਮੈਂਟ ਦੇ ਵਿੱਚ ਵੀ ਵੀ ਗੋਟ 34.5% ਪਾਪੂਲਰ ਵੋਟ ਕੰਪੇਅਰ ਟੂ ਟਰੂਡੋ ਗੋਟ 32.5 ਸਮਥਿੰਗ ਇਨ ਦ ਲਾਈਨ, ਵੀ ਇਨਕਰੀਜ਼ ਦ ਅਨਦਰ 24 MPs। ਜਿਹੜੀਆਂ ਸਾਡੀਆਂ ਪੋਲਿਸੀਜ਼ ਆ ਬੇਸਿਕਲੀ ਉਹ ਹੀ ਹੁੰਦੀਆਂ ਜਿਹੜੀਆਂ ਵੀ ਆਰ ਅਗੇਂਸਟ ਦੀ ਡਰੱਗ ਇਸ਼ੂ ਇਜ਼ ਬਿਗ ਇਸ਼ੂ ਦੇਅਰ ਐਂਡ ਮੇਨ ਕੰਸਰਨ ਇਜ਼ ਓਵਰ ਦੇਅਰ। ਦੂਸਰਾ ਹੈਗਾ ਕ੍ਰਾਈਮ, ਡਰੱਗ ਐਂਡ ਕ੍ਰਾਈਮ ਗੋ ਸਾਈਡ ਬਾਈ ਦ ਸ਼ੂਟਿੰਗਸ ਅਮੰਗ ਅਦਰ ਥਿੰਗਸ। ਅਸੀਂ ਚਾਹੁੰਦੇ ਵੀ ਜੇ ਅਸੀਂ ਬਣ ਜਾਂਦੇ ਵੀ ਦੋਸ ਪੀਪਲ ਡੀਲਿੰਗ ਵਿਦ ਦ ਗੈਂਗਸ, ਦੇ ਸ਼ੁਡ ਬੀ ਗਿਵਨ ਮਿਨੀਮਮ ਸੈਂਟੈਂਸਿਸ, ਅਦਰਵਾਈਜ਼ ਜਿਹੜੇ ਜੱਜਸ ਹੈਗੇ ਆ, ਪੁਲਿਸ ਵਾਲੇ ਵੀ ਬਹੁਤ ਔਖੇ ਹੈਗੇ ਆ, ਉਹ ਫੜ ਕੇ ਲਿਆਉਂਦੇ, ਦੂਜੇ ਦਿਨ ਉਹ ਬੇਲ ਆਊਟ ਹੋ ਜਾਂਦੇ, ਤੀਜੇ ਦਿਨ ਫਿਰ ਕੁਛ ਕਰਦੇ ਆ। ਸੋ ਜਿਸ ਦਿਨ ਉਹ ਬੇਲ ਆਊਟ ਹੁੰਦੇ, ਦੂਜੇ ਉਹਨਾਂ ਦੇ ਗੈਂਗ ਲੀਡਰਸ ਆ ਜਾਂ ਗੈਂਗ ਮੈਂਬਰਸ ਆ, ਉਹਨਾਂ ਨੂੰ ਉਹ ਹੀ ਪਿੱਕ ਕਰਨੇ ਨੂੰ ਬਾਹਰ ਕਾਰ ਲੈ ਕੇ ਖੜ੍ਹੇ ਹੁੰਦੇ। ਸੋ ਉਹ ਸੀਆਂ ਇੱਕ ਸਾਡੇ ਹੈਗੀ ਆ ਇਨਵਾਇਰਮੈਂਟ ਟੈਕਸ ਔਰ ਕਾਰਬਨ ਟੈਕਸ ਦੀ ਲਾਈ, ਅਸੀਂ ਉਹਨੂੰ ਚਾਹੁੰਦੇ ਸੀ ਵੀ ਇਹ ਚਾਹੀਦੀ ਨਹੀਂ, ਕਿਉਂਕਿ ਇਟਸ ਜਸਟ ਟੈਕਸ, ਵਟਐਵਰ ਯੂ ਕਾਲ ਇਟ ਇਜ਼ ਅ ਟੈਕਸ, ਇਟ ਗੋ ਟੂ ਦ ਰੈਵਨਿਊ ਫੰਡਸ, ਦ ਗਵਰਨਮੈਂਟ ਇਜ਼ ਸਪੈਂਡਿੰਗ ਆਲ ਕਾਈਂਡ ਆਫ ਮਨੀ। ਉਹਦੇ ਨਾਲ ਨਾਲ ਸੀ ਜਿਹੜੀਆਂ ਸਾਡੀਆਂ, ਵੀ ਆਲਵੇਜ਼ ਲੁੱਕ ਫੋਰ ਐਵਰੇਜ ਕੈਨੇਡੀਅਨ, ਮਿਡਲ ਕੈਨੇਡੀਅਨਸ, ਪਿਛਲੇ 64 ਸਾਲਾਂ ਦੇ ਵਿੱਚ $71 billion ਟਰੂਡੋ ਗੌਰਮੈਂਟ ਨੇ ਬੋਰੋ ਕੀਤੇ ਆ।
ਜਿਹੜੇ ਬੋਰੋ ਕੀਤੇ ਫਿਊਚਰ ਜਨਰੇਸ਼ਨ ਜਨਰੇਸ਼ਨ ਤੋਂ ਕੰਮ ਕਈ ਹਾਲੇ ਨਿਆਣੇ ਹਾਲੇ ਜਨਮ ਵੀ ਨਹੀਂ ਲਏ ਜਿਹੜੇ ਉਹਨਾਂ ਦੇ ਉੱਤੇ ਭਾਰ ਪਾਇਆ ਗਿਆ ਇਹ ਸਾਰੀਆਂ ਚੀਜ਼ਾਂ ਸਾਡੀਆਂ ਡਿਫਰੈਂਟ ਹੈਗੀਆਂ ਇਹਨਾਂ ਨਾਲੋਂ ਵੀ ਸ਼ੁੱਡ ਲਿਵ ਵਿਦ ਇਨ ਅਵਰ ਮੀਨਸ ਅਸੀਂ ਸਾਡੇ ਕੋਲ ਕੀ ਹੱਕ ਆ ਜਿਹੜੀਆਂ ਫਿਊਚਰ ਜਨਰੇਸ਼ਨ ਜਾ ਕੇ ਨੇ ਇਮੀਗ੍ਰੇਟ ਹੋ ਕੇ ਜਾਣਾ ਜਾਂ ਹਾਲੇ ਜਿੱਥੇ ਉਹਨੇ ਹਾਲੇ ਜਨਮ ਵੀ ਨਹੀਂ ਲਿਆ ਪਰ ਅਸੀਂ ਉਹਨਾਂ ਦੇ ਅਕਾਊਂਟ 'ਚੋਂ ਬਾਈ ਬੋਰੋ ਕਰੀ ਜਾਈਏ ਸੋ ਇੰਨਾਂ ਦੀਆਂ ਫਰਕ ਸੀਗੀਆਂ ਆਪਣੇ ਕਾਰਬਨ ਟੈਕਸ ਦਾ ਸੀਗਾ ਇਮੀਗ੍ਰੇਸ਼ਨ ਪੋਲਿਸੀ ਦਾ ਇੱਕ ਇਹ ਵੀ ਸੀਗਾ ਜਿਹੜੇ ਅਸੀਂ ਚਾਹੁੰਦੇ ਵੀ ਜਿੰਨੀ ਵੀ ਵੀ ਪ੍ਰੋਬੇਬਲੀ ਨੀਡ 300,000 to 325,000 ਪੀਪਲ ਏ ਈਅਰ ਟੂ ਕੰਟੀਨਿਊਸ ਟੂ ਮਾਈਗ੍ਰੇਟ ਟੂ ਕੈਨੇਡਾ ਜਿਹਦੇ ਨਾਲ ਸਾਡਾ ਕੰਮ ਚੱਲ ਸਕਦਾ ਕਿਉਂਕਿ ਕਨੇਡੀਅਨ ਪਾਪੂਲੇਸ਼ਨ ਇਜ਼ ਗੈਟਿੰਗ ਓਲਡ ਬੱਚੇ ਉੱਧਰ ਘੱਟ ਹੁੰਦੇ ਤਾਂ ਸਾਨੂੰ ਲਿਆਉਣੇ ਵੀ ਨੀਡ ਟੂ ਬ੍ਰਿੰਗ ਦ ਪੀਪਲ ਇਨ ਸੋ ਜਿਹੜੀਆਂ ਸਾਡਾ ਉਹਨਾਂ ਨਾਲ ਡਿਫਰੈਂਸ ਹੈਗਾ ਰਿਫਿਊਜੀਜ਼ ਪੋਲਿਸੀ ਦਾ ਵੀ ਨਾ ਅਸੀਂ ਇਹ ਕਹਿੰਦੇ ਫਸਟ ਕਮ ਫਸਟ ਸਰਵ ਜਿਹੜੇ ਰਿਫਿਊਜੀਜ਼ ਹੈਗੇ ਉਹਨਾਂ ਵਿੱਚ ਬਹੁਤ ਥੋੜ੍ਹੇ ਰਿਫਿਊਜੀ ਹੁੰਦੇ ਬਾਕੀ ਤਾਂ ਇਕਨੋਮਿਕ ਰਿਫਿਊਜੀ ਆ ਜਾ ਕੇ ਦੇ ਸ਼ੋ ਅਪ ਐਟ ਦ ਬੋਰਡਰ ਸੇ ਵੀ ਰਿਫਿਊਜੀਜ਼ ਉਹਨਾਂ 'ਤੇ ਗੌਰਮੈਂਟ 'ਤੇ ਬਰਡਨ ਵੀ ਆ ਉਹਨਾਂ ਦਾ ਤਾਂ ਅਸੀਂ ਉਹ ਚਾਹੁੰਦੇ ਸੀ 3-4-5 ਡਿਫਰੈਂਟ ਚੀਜ਼ਾਂ ਉਹਨਾਂ ਤੋਂ ਨਾ ਲੋਕਾਂ ਤੋਂ ਬੋਰੋ ਨਹੀਂ ਕੀਤੇ ਜਾਣੇ ਪਰ ਉਹਦੇ ਨਾਲ ਨਾਲ ਸਾਡੀ ਇਕੋਨਮੀ ਬਹੁਤ ਸੋਹਣੀ ਆ ਜੇ ਸੋਹਣੀ ਇਕੋਨਮੀ ਦੇ ਹੋਣ 'ਤੇ ਵੀ ਸਟਿਲ ਬੋਰੋਇੰਗ ਵਟ ਹੈਪਨਸ ਟੁਮਾਰੋ ਵੈਨ ਦ ਇਕੋਨਮੀ ਟਰਨਸ ਡਾਊਨ ਰਿਸੈਸ਼ਨ ਆਲਵੇਜ਼ ਯੂ ਨੋ ਐਵਰੀ 10 ਈਅਰਸ ਇਟਸ ਅਪ ਐਂਡ ਡਾਊਨ ਐਂਡ ਅਪ ਐਂਡ ਡਾਊਨ ਇਹ ਇਹ ਸਾਡੀਆਂ ਮੇਜਰ ਡਿਫਰੈਂਸ ਹੈਗੇ ਯਾ ਗੈਂਗ ਵਾਰਸ ਦੀ ਅਸੀਂ ਅਕਸਰ ਪੰਜਾਬ ਦਾ ਜਦ ਵੀ ਨਾਂ ਆਉਂਦਾ ਅਸੀਂ ਗੱਲ ਕਰਦੇ ਹਾਂ ਕਿ ਪੰਜ ਦਰਿਆਵਾਂ ਦਾ ਕਿਹਾ ਜਾਂਦਾ ਪੰਜਾਬ ਨੂੰ ਲੇਕਿਨ ਕਿਤੇ ਨਾ ਕਿਤੇ ਹੁਣ ਹਵਾ ਇੱਕ ਹੋਰ ਨਸ਼ੇ ਵੱਲ ਵੀ ਵਗਣ ਲੱਗ ਪਈ ਹੈ ਲੇਕਿਨ ਨਸ਼ਾ ਇੱਕ ਅਜਿਹਾ ਮੁੱਦਾ ਜੋ ਗਲੋਬਲੀ ਬਣ ਚੁੱਕਿਆ ਅਸੀਂ ਨਹੀਂ ਕਹਿੰਦੇ ਕਿ ਸਿਰਫ ਇੰਡੀਆ ਦੇ ਵਿੱਚ ਹੈ ਜਾਂ ਪੰਜਾਬ ਦੇ ਵਿੱਚ ਹੀ ਹੈ ਗਲੋਬਲੀ ਵੀ ਹੈ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਤੁਸੀਂ ਆਪ ਹੀ ਜ਼ਿਕਰ ਕੀਤਾ ਅਜਿਹੇ ਕੀ ਕਾਰਨ ਨੇ ਉੱਥੇ ਅਗਰ ਮੈਰੀਵਾਨਾ ਦੀ ਵੀ ਗੱਲ ਕੀਤੀ ਜਾਵੇ ਉਹਨੂੰ ਵੀ ਲੀਗਲ ਕਰ ਦਿੱਤਾ ਗਿਆ ਲੀਗਲਾਈਜ਼ ਕਰ ਦਿੱਤਾ ਅਜਿਹੇ ਕੀ ਕਾਰਨ ਹੈ ਕਿ ਨੌਜਵਾਨ ਨਸ਼ਿਆਂ ਵੱਲ ਉੱਥੇ ਵੀ ਵੱਧ ਰਹੇ ਨੇ ਅਤੇ ਗੈਂਗਵਾਰਸ ਨੂੰ ਅੰਜਾਮ ਦੇ ਰਹੇ ਨੇ ਅਸੀਂ ਨਹੀਂ ਸੀ ਚਾਹੁੰਦੇ ਕਿ ਲੀਗਲਾਈਜ਼ ਹੋਵੇ ਅਸੀਂ ਇਹ ਕਹਿੰਦੇ ਸੀ ਡੀਕ੍ਰਿਮੀਨਲਾਈਜ਼ ਕਰ ਦਿੱਤਾ ਜਾਵੇ ਪਰ ਜੇ ਕੋਈ ਜੇ ਕੋਈ ਇਸ ਬਿਜ਼ਨਸ 'ਤੇ ਆ ਉਹਨਾਂ ਨੂੰ ਚਾਰਜ ਕੀਤਾ ਜਾਵੇ ਜੇ ਕਿਸ ਕੋ ਥੋੜ੍ਹੇ ਸੀ ਥੋੜ੍ਹਾ ਜਿਹਾ ਸੀਗਾ ਵੀ ਉਹਨੂੰ ਛੱਡ ਦਿੱਤਾ ਜਾਵੇ ਪਰਸਨਲ ਕੰਜ਼ਮਪਸ਼ਨ ਕੈਨੇਡਾ ਦੇ ਵਿੱਚ ਜੋ ਮੇਰੀ ਅੰਡਰਸਟੈਂਡਿੰਗ ਆ ਵੀ ਹੈਵ ਦਾ ਹਾਈਐਸਟ ਦੀ ਏਜ ਆਫ 21 ਕੰਜ਼ਮਪਸ਼ਨ ਇਨ ਦਾ ਵਰਲਡ ਸੋ ਜਿਹੜੀਆਂ ਆਹ ਚੀਜ਼ਾਂ ਟਰੂਡੋ ਗੌਰਮੈਂਟ ਨੇ ਕੀਤੀਆਂ ਉਹ ਸਾਡੇ ਹਿਸਾਬ ਨਾਲ ਠੀਕ ਨਹੀਂ ਹੋਈਆਂ ਬਾਏ ਦ ਵੇ ਇਸ ਤੋਂ ਲਾਅ ਨਾ ਲਾਅ ਵਟ ਕੈਨ ਯੂ ਡੂ ਪਰ ਜਿਹੜੇ ਇੱਥੇ ਵੀ ਆ ਮੈਂ ਇੱਥੇ ਕਿੰਨੇ ਲੋਕਾਂ ਨਾਲ ਹੁਣ 3 ਦਿਨ ਹੋ ਗਏ 4 ਦਿਨ ਹੋ ਗਏ ਆਇਆਂ ਨੂੰ ਨਾ ਕਿੰਨਿਆਂ ਲੋਕਾਂ ਨੇ ਸੇਮ ਪੁਆਇੰਟ 'ਤੇ ਜ਼ਿਕਰ ਹੋਇਆ ਓਵਰ ਐਂਡ ਓਵਰ ਐਂਡ ਓਵਰ ਸਾਰੇ ਕਹਿੰਦੇ ਵੀ ਬਾਬ ਜੀ ਜੇ ਤੁਸੀਂ ਆ ਸਕਦੇ ਆ ਮੁੜ ਕੇ ਆ ਕੇ ਸਾਡਾ ਕੁਛ ਕਰੋ ਪਰ ਮੈਂ ਮੁੜ ਕੇ ਜ਼ਰੂਰ ਆਵਾਂਗਾ ਆਵਾਂਗੇ ਇੱਥੇ ਅਤੇ ਜੋ ਵੀ ਹੋ ਸਕਦਾ ਤੁਹਾਡੇ ਬੱਚਿਆਂ ਦੇ ਡਰੱਗਸ ਬਾਰੇ ਉਹਨਾਂ ਨੂੰ ਟੀਚ ਕਰਾਂਗੇ ਕੁਝ ਐਕਸਪਲੇਨ ਕਰਾਂਗੇ ਤਾਂ ਲੇਟਰ ਔਨ ਕੀ ਹੁੰਦਾ ਇਸ ਡਰੱਗ ਦੇ ਕੀ ਐਕਸ਼ਨ ਰਿਐਕਸ਼ਨ ਸਾਰਿਆਂ ਬਾਰੇ ਸਮਝਾਵਾਂਗੇ ਪਰ ਹੋਪਫੁਲੀ ਜਿਹੜਾ ਸਾਡਾ ਪੰਜਾਬ ਤੁਸੀਂ ਦੇਖੋ ਜਦੋਂ ਅਸੀਂ ਇੱਥੋਂ ਗਏ ਬੈਕ ਇਨ 70s ਇਟ ਵਾਜ਼ ਅ ਬਿਊਟੀਫੁਲ ਪੰਜਾਬ ਦ ਬੈਸਟ ਆਫ ਦ ਬੈਸਟ ਵੀ ਵਰ ਸੋ ਪ੍ਰਾਊਡ ਹੁਣ ਸਾਡੇ ਹੁਣ ਅਸੀਂ ਮੁੜ ਕੇ ਆਉਂਦੇ ਤਾਂ ਵੀ ਓਨੈਸਟਲੀ ਵੀ ਸੀ ਅ ਡਿਫਰੈਂਟ ਪੰਜਾਬ ਪੰਜਾਬ ਇਸ ਕੀ ਕਹਿੰਦੇ ਆਪਣੀ ਮਦਰਲੈਂਡ ਹੈ ਉਹ ਤਾਂ ਕਦੀ ਬੈਡ ਹੋ ਨਹੀਂ ਸਕਦੀ ਪਰ ਜਿਹੜੀਆਂ ਜਿਹੜੀਆਂ ਡਰੱਗ ਦੇ ਇਸ਼ੂ ਆ ਉਦੋਂ ਉਹਨਾਂ ਤੋਂ ਕਾਫੀ ਡਰ ਲੱਗਦਾ ਵੀ ਕੀ ਹੋ ਕੱਲ੍ਹ ਦਾ ਫਿਊਚਰ ਕੀ ਆ ਉਹ ਮੇਜ਼ਰ ਕੰਸਰਨ ਹੈ ਔਰ ਕਿਤੇ ਨਾ ਕਿਤੇ ਹਰ ਪੇਰੈਂਟਸ ਦੇ ਦਿਮਾਗ ਵਿੱਚ ਵੀ ਉਹ ਵਸਿਆ ਹੋਇਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਕਿੱਦਾਂ ਦੀ ਹੋਵੇਗੀ ਬੱਚੇ ਕਿੱਧਰ ਵੱਲ ਨੂੰ ਜਾ ਰਹੇ ਨੇ ਉਹਨਾਂ ਨੂੰ ਕਿੱਦਾਂ ਦੀਆਂ ਸਿੱਖਿਆਵਾਂ ਦਿੱਤੀਆਂ ਜਾਵੇ ਸਿੱਖਿਆਵਾਂ ਦੀ ਗੱਲ ਕਰਦੇ ਹਾਂ 5.5 ਸਾਲਾ ਗੁਰੂ ਨਾਨਕ ਦੇਵ ਜੀ ਦਾ ਚੱਲ ਰਿਹਾ ਤੁਸੀਂ ਉਹਨਾਂ ਸਮਾਗਮਾਂ ਦੀ ਲੜੀ ਬਣ ਕੇ ਡੈਲੀਗੇਟਸ ਬਣ ਕੇ ਇੱਥੇ ਆਏ ਹੋ ਸੋ ਅਗਰ ਇਨਵਾਇਰਮੈਂਟ ਦੀ ਗੱਲ ਕੀਤੀ ਜਾਵੇ ਗੁਰੂ ਨਾਨਕ ਦੇਵ ਜੀ ਨੇ ਇੱਕ ਹੋਰ ਉਪਦੇਸ਼ ਦਿੱਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸੋ ਕੈਨੇਡਾ ਔਰ ਇੰਡੀਆ ਦਾ ਅਗਰ ਅਸੀਂ ਇਨਵਾਇਰਮੈਂਟ ਦਾ ਡਿਫਰੈਂਸ਼ੀਏਟ ਕਰੀਏ ਉੱਥੇ ਸੜਕਾਂ ਅੱਡ ਨੇ ਹਵਾ ਅੱਡ ਹੈ ਪਾਣੀ ਅੱਡ ਹੈ ਅਤੇ ਇੱਥੇ ਜਦ ਤੁਸੀਂ ਆਉਂਦੇ ਹੋ ਤਾਂ ਤੁਹਾਨੂੰ ਕਿੱਦਾਂ ਦਾ ਲੱਗਦਾ ਦੇਖੋ ਜੀ ਇਸ਼ੂ ਤਾਂ ਹੈ ਥੋੜ੍ਹਾ ਜਿਹਾ ਇਸ਼ੂ ਹੈਗਾ ਬਟ ਦੇ ਕੱਲ੍ਹ ਰੋਮ ਵਾਜ ਨਾਟ ਬਿਲਡ ਓਵਰ ਨਾਈਟ ਤੁਹਾਡੇ ਐਨਰਜੀ ਦੀ ਕਾਫੀ ਘਾਟ ਹੈਗੀ ਹੈ ਜਿਸ 'ਤੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਪਰ ਅਸੀਂ ਟਰਾਈ ਕਰਦੇ ਹਾਂ ਜੋ ਵੀ ਹੋ ਸਕੇ ਇੰਡੀਆ ਦੇ ਵਿੱਚ ਕਲੀਨ ਐਨਰਜੀ ਦਿੱਤੀ ਜਾਵੇ ਸੋ 1.25 billion ਪੀਪਲ ਔਰ 1.3 billion ਪੀਪਲ ਦੇ ਨੀਡ ਟੂ ਬੀ ਫੈਡ ਐਂਡ ਆਲ ਦੋਜ਼ ਥਿੰਗਸ ਇਸ਼ੂ ਤਾਂ ਹੈਗਾ ਜਿਹੜਾ ਸਭ ਤੋਂ ਵੱਡਾ ਇਸ਼ੂ
ਇੱਥੇ ਤੁਹਾਡੇ ਲਾਗੇ ਤਾਂ ਪਰਾਲੀ ਬਰਨ ਕਰਦਾ ਹੈ, ਪਰ ਸਾਨੂੰ ਹੋਰ ਸਮਝਾਉਣਾ ਪਊ, ਦੱਸਣਾ ਪਊ, ਜਾਂ ਗਵਰਨਮੈਂਟ ਦਾ, ਲੋਕਲ ਗਵਰਨਮੈਂਟ ਜਾਂ ਨੈਸ਼ਨਲ ਗਵਰਨਮੈਂਟ ਨੂੰ ਕਰਨਾ ਪੈਣਾ ਵੀ ਤੁਸੀਂ ਜਿਹੜੀ ਪਰਾਲੀ ਹੈ ਜਿੱਦਾਂ ਵੱਢਦੇ ਦੂਸਰੇ ਦਿਨ ਕੋਈ ਚੱਕ ਕੇ ਲੈ ਕੇ ਕਿਤੇ ਸਟੋਰ ਕਰੇ। ਜਦੋਂ ਅਸੀਂ ਛੋਟੇ ਛੋਟੇ ਸੀਗੇ ਤਾਂ ਇਸੇ ਤਰ੍ਹਾਂ ਹੀ ਕਰਦੇ ਸੀ, ਕੋਈ ਬਰਨ ਨਹੀਂ ਸੀ ਕਰਦਾ, ਸਾਰੀ ਇਕੱਠੀ ਕਰਕੇ ਇੱਕ ਖੂੰਜੇ 'ਤੇ ਸਿੱਟੀ ਜਾਂਦੀ ਸੀਗੀ। ਪਰ ਹੁਣ ਵੀ ਕੁਛ ਇੱਦਾਂ ਦਾ ਕੰਮ ਕਰਨਾ ਪਊ ਜਾ ਕੇ ਇਹਨਾਂ ਨੂੰ ਮੁੜ ਕੇ ਰੀਯੂਜ਼ ਹੋਣੀ ਚਾਹੀਦੀ, ਸਮਥਿੰਗ ਰੀਸਾਈਕਲ ਐਨਰਜੀ। ਕਿਹੜੇ ਕਾਰਨ ਤੁਹਾਨੂੰ ਲੱਗਦੇ ਨੇ ਕਿ 43rd ਪਾਰਲੀਮੈਂਟ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਮੁੜ ਤੋਂ ਓਪੋਜੀਸ਼ਨ ਪਾਰਟੀ ਬਣ ਕੇ ਉਭਰੀ ਹੈ, ਮਾਈਨੋਰਟੀ ਗਵਰਨਮੈਂਟ ਜਾਂ ਮੈਜੋਰਟੀ ਗਵਰਨਮੈਂਟ ਆਪਣੀ ਨਹੀਂ ਬਣਾ ਪਾਏ? ਕਿਹੜੇ ਕਾਰਨਾਂ ਕਰਕੇ ਉਹ ਪਿੱਛੇ ਰਹਿ ਗਈ? ਕਾਰਨ ਤਾਂ ਕਈ ਹੋ ਸਕਦੇ, ਇੱਕ ਕਾਰਨ ਤਾਂ ਹੁੰਦਾ ਨਹੀਂ। ਇੱਕ ਤਾਂ ਸਾਡੇ ਲੋਕਲ ਗੌਰਮੈਂਟ ਸੀ, ਜਿਹੜੀ ਪ੍ਰੋਵਿੰਸ਼ੀਅਲ ਗੌਰਮੈਂਟ, ਉਹ ਵੀ ਸਾਡੀ ਗੌਰਮੈਂਟ ਹੈ ਨਾ, ਡੱਗ ਫੋਰਡ, ਉਹਨੇ ਕਾਫੀ ਦੀਪ ਕੱਟ ਕੱਟੇ ਸੇ। ਇਹਨਾਂ ਨੂੰ ਮੌਕਾ ਮਿਲ ਗਿਆ ਪਰ ਜੇ ਸਾਡੀ ਕੰਜ਼ਰਵੇਟਿਵ ਨੈਸ਼ਨਲ ਗੌਰਮੈਂਟ ਬਣਦੀ ਹੈ, ਇਹਨੇ ਵੀ ਤੁਹਾਡੇ ਕੱਟ, ਬਿਕਾਜ਼ ਐਂਟੀ ਇਨਕੰਬੈਂਸੀ ਫੈਕਟਰ ਰਿਜ਼ੈਂਬਲਸ, ਰਾਈਟ? ਹਾਂਜੀ, ਸੋ ਇੱਕ ਤਾਂ ਇਹ ਸੀ, ਔਰ ਦੋ ਛੋਟੇ ਛੋਟੇ ਕਈ ਫੈਕਟਰ ਹੋ ਜਾਂਦੇ ਆ ਸਾਡੇ। ਤੁਸੀਂ ਦੇਖੋ ਸਾਡੇ ਕੋਲ ਜਿਹੜੀ ਪਾਪੂਲਰ ਵੋਟ ਉਹਨਾਂ ਨਾਲ 2% ਜ਼ਿਆਦਾ ਹੈਗੀ ਆ, ਉਹਨਾਂ ਕੋਲ ਸੀਟਾਂ ਸਾਡੇ ਨਾਲ 23-24 ਮੋਰ ਹੈਗੀਆਂ। ਵੀ ਆਰ 121, ਆਈ ਥਿੰਕ ਦੇ ਆਰ 157 ਮੋਰ ਪੀਪਲ ਵੋਟਡ ਫੋਰ ਅਸ ਦੈਨ ਦੈਮ। ਜਿੰਨੀ ਸਾਡੀ ਵਿਨ ਹੋਈ ਆ, ਫੋਰ ਐਗਜ਼ਾਮਪਲ ਮੇਰੀ ਵੀ, ਮੈਂ 1 by about 6,000 ਵੋਟਸ ਦਿਸ ਟਾਈਮ, ਜਿਹੜੇ ਲਿਬਰਲ ਗੌਰਮੈਂਟ ਨੂੰ ਮਿਲੀ ਆ 0 ਸੀਟਸ ਇਨ ਅਲਬਰਟਾ, 0 ਸੀਟ ਇਨ ਸਸਕੈਚੁਅਨ, ਵੀ ਵਨ ਆਈ ਬਿਲੀਵ 9 or 10 ਮੋਰ ਸੀਟਸ ਇਨ 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 ਬੀ ਸੀ, ਵੀ ਵਨ ਮੋਰ ਸੀਟਸ ਇਨ ਮੈਨੀਟੋਬਾ, ਵੀ ਵਨ ਸਮ ਸੀਟਸ ਇਨ ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ। ਸੋ ਓਨਟੇਰੀਓ ਦੇ ਵਿੱਚ ਸਾਡੀ ਘਾਟ ਰਹੀ ਹੈ, ਸਾਨੂੰ ਓਨਟੇਰੀਓ ਦੇ ਵਿੱਚ ਮੋਰ ਵੀ ਗੋਇੰਗ ਟੂ ਸਪੈਂਡ ਮੋਰ ਟਾਈਮ ਐਂਡ ਹੋਮਵਰਕ ਕਰਨ ਦੀ ਲੋੜ ਹੈ, ਬਟ ਅਦਰਵਾਈਜ਼ ਵੀ ਆਰ ਔਨ ਦਾ ਰਾਈਟ ਟਰੈਕ ਐਟ ਦੀ ਐਂਡ ਆਫ ਦਾ ਡੇ। ਯਾਨੀ ਕਿ ਹੁਣ ਕੰਜ਼ਰਵੇਟਿਵ ਪਾਰਟੀ ਓਪੋਜੀਸ਼ਨ ਦੀ ਵਿਰੋਧੀ ਧਿਰ ਦੀ ਕੁਰਸੀ ਲੈ ਕੇ ਲਿਬਰਲਸ ਨੂੰ ਘੇਰਨ ਲਈ ਤਿਆਰ ਹੈ ਹਾਊਸ ਆਫ ਕਾਮਨ ਦੇ ਵਿੱਚ। ਅਸੀਂ ਐਕਸਪੈਕਟ ਕਰਦੇ ਹਾਂ ਜਿਹੜੀ ਮਿਨੋਰਟੀ ਗਵਰਨਮੈਂਟ ਹੈ 2 ਸਾਲ ਚੱਲਦੀ ਹੁੰਦੀ ਹੈ, 2 ਸਾਲ ਝੱਟ ਨਿਕਲ ਜਾਣਾ। ਮੈਂ ਇਹੀ ਕੁਐਸਚਨ ਤੁਹਾਡੇ ਤੋਂ ਕਹਿਣਾ ਸੀ, ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਸਾਡੇ ਵਿਊਅਰਸ ਇਸ ਵੇਲੇ ਦੇਖ ਰਹੇ ਨੇ, ਬਿਕਾਜ਼ ਦੇਰ ਇਜ਼ ਅ ਹਿਊਜ ਡਿਫਰੈਂਸ ਬਿਟਵੀਨ ਇੰਡੀਅਨ ਪੋਲੀਟਿਕਸ ਐਂਡ ਕੈਨੇਡੀਅਨ ਪੋਲੀਟਿਕਸ, ਰਾਈਟ? ਇਲੈਕਸ਼ਨਸ ਦਾ ਵੀ ਬਹੁਤ ਜ਼ਿਆਦਾ ਡਿਫਰੈਂਸ ਹੈ ਕਿ ਇੱਥੇ 8 ਤਰੀਕੇ ਨਾਲ ਹੁੰਦੇ ਨੇ, ਉੱਥੇ 8 ਤਰੀਕੇ ਨਾਲ ਹੁੰਦੇ ਨੇ। ਸੋ ਮੇਰੇ ਵਰਗੇ ਕਈ ਅਜਿਹੇ ਹੋਣਗੇ ਜਿਹਨਾਂ ਨੂੰ ਨਹੀਂ ਪਤਾ ਕਿ ਮਾਈਨੋਰਟੀ ਗਵਰਨਮੈਂਟ ਆ ਗਈ ਹੈ ਉੱਥੇ, ਲੇਕਿਨ ਮਾਈਨੋਰਟੀ ਗਵਰਨਮੈਂਟ ਦਾ ਰੋਲ ਕੀ ਹੋਵੇਗਾ ਹੁਣ, ਕਿਸ ਤਰੀਕੇ ਦੇ ਨਾਲ ਉਹ ਚੱਲੇਗੀ? ਸਾਡੇ ਮਿਨੋਰਟੀ ਗਵਰਨਮੈਂਟ ਅਤੇ ਜਿਹੜੇ ਸਾਰੇ ਪੋਲੀਟੀਸ਼ੀਅਨ ਇਸ ਗੱਲ ਨੂੰ ਸਮਝਦੇ ਆ, ਜੇ ਲੋਕਾਂ ਨੇ ਮਿਨੋਰਟੀ ਗਵਰਨਮੈਂਟ ਬਣਾਈ ਹੈ ਤਾਂ ਮਿਨੋਰਟੀ ਗਵਰਨਮੈਂਟ ਸਾਨੂੰ ਚਲਾਉਣੀ ਪਊਗੀ। ਸੋ ਸਾਡੇ ਕਿਸ ਦੂਸਰੀਆਂ ਪਾਰਟੀਆਂ ਦੇ ਨਾਲ ਰਲ ਕੇ ਨਹੀਂ ਬਣਾਉਂਦੇ, ਉਹ ਮਿਨੋਰਟੀ ਰਹੂਗੀ ਉਹਦੇ ਨਾਲ। ਤਾਂ ਇਸ ਤਰ੍ਹਾਂ ਹੁੰਦਾ ਵੀ ਕਈ ਮੁੱਦੇ ਆ ਜਿਹਦੇ ਵਿੱਚ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ, ਫੋਰ ਐਨਰਜੀ ਦੇ ਬੇਸ 'ਤੇ ਨਾ, ਵੀ ਵਾਂਟ ਟੂ ਬ੍ਰਿੰਗ ਦ ਪਾਈਪ ਬੈਕ ਟੂ ਪੈਸੀਫਿਕ ਓਸ਼ਨ ਟੂ to import the crude back to the world, right, for India or who are the other people could be. Energy they bought, so lower taxes, that's, you know, they support. We don't oppose for the sake of opposing. Okay. We will support them, jadiyan cheezan sade naal ral ke chalange. Isi tarah NDP wale jadon sade socialist party keh sakde jinna more lefty party. ਜਗਮੀਤ ਸਿੰਘ ਆਪਣਾ ਪੰਜਾਬੀ ਭਾਈ ਉਹਨਾਂ ਦਾ ਲੀਡਰ ਹੈਗਾ, ਉਹਨਾਂ ਦੀ ਪਹਿਲੀ ਡਿਮਾਂਡ ਸੀਗੀ ਟਰੂਡੋ ਗੌਰਮੈਂਟ ਦੇ ਨਾਲ, ਦੇ ਵਾਂਟ ਟੂ ਬ੍ਰਿੰਗ ਇਨ ਨੈਸ਼ਨਲ ਫਾਰਮਾ ਕੇਅਰ। ਨੈਸ਼ਨਲ ਫਾਰਮਾ ਕੇਅਰ ਮੀਨਸ ਇਟਸ ਫਰੀ ਮੈਡੀਸਨ ਫੋਰ ਐਨੀਬਾਡੀ ਐਂਡ ਐਵਰੀਬਾਡੀ। ਅਸੀਂ ਉਹਦੇ ਵਿੱਚ ਵਿਰੋਧ ਕਰਾਂਗੇ, ਕਿਉਂ? ਸਾਡੇ 98% ਲੋਕਾਂ 'ਤੇ, 95% ਲੋਕਾਂ 'ਤੇ, 98% ਤੱਕ ਜਿਹਨਾਂ ਲੋਕਾਂ ਕੋਲ ਆਪਣੀ ਪ੍ਰਾਈਵੇਟ ਇੰਸ਼ੋਰੈਂਸ ਹੈਗੀ ਆ, ਦੇ ਕਵਰ ਦੈਟ ਪਾਰਟ। ਇਸ਼ੂ ਹੈਗਾ 2% ਦਾ। ਅਸੀਂ ਕਹਿੰਦੇ ਉਹਨਾਂ ਦਾ ਜੋ ਵੀ ਕਰਨਾ, ਜਿਹੜੇ ਪਾਵਰਟੀ ਲਾਈਨ 'ਚ ਜਾਂ ਹੋਰ ਵੀ ਆ, ਉਹਨਾਂ ਦਾ ਜੋ ਵੀ ਕਰਨਾ ਕਰੋ ਨਾ, ਪਰ ਉਹਦੇ ਨਾਲ ਨਾਲ ਇਹਦੀ ਜਿਹੜੀ ਕੋਸਟ ਆ $20 billion ਏ ਈਅਰ, $20 billion ਏ ਈਅਰ। ਸੋ ਅਸੀਂ ਨਹੀਂ ਚਾਹੁੰਦੇ ਵੀ ਫਿਊਚਰ ਵਾਲੀ ਜਨਰੇਸ਼ਨ 'ਤੇ ਹੋਰ 20 billion ਦਾ ਹੋਰ ਭਾਰ ਪਾਇਆ ਜਾ ਸਕੇ, ਕਿਉਂਕਿ ਇਸ਼ੂ ਇਸ ਵਿੱਚ ਬਹੁਤ ਥੋੜ੍ਹੇ ਲੋਕਾਂ ਦੇ ਨਾਲ। ਸਰ, ਮਾਈਨੋਰਟੀ ਗਵਰਨਮੈਂਟ, ਕਿਉਂਕਿ ਮੇਰੇ ਵਰਗੇ ਮੈਂ ਪਹਿਲਾਂ ਵੀ ਕਿਹਾ ਕਿ ਕਈਆਂ ਨੂੰ ਨਹੀਂ ਪਤਾ, ਅਗਰ ਅਸੀਂ ਇੰਡੀਅਨ ਗਵਰਨਮੈਂਟ ਦੀ ਜਾਂ ਇੰਡੀਅਨ ਰਿਪ੍ਰੈਜੈਂਟੇਟਿਵ ਦੇ ਤੌਰ 'ਤੇ ਗੱਲ ਕਰੀਏ, ਮਾਈਨੋਰਟੀ ਗਵਰਨਮੈਂਟ ਕਿਸ ਤਰੀਕੇ ਦੇ ਨਾਲ ਡੀਲ ਕਰਦੀ ਹੈ?
ਜਦੋਂ ਵੀ ਇਹਨੇ ਨਿਊ ਲੈਜਿਸਲੇਸ਼ਨ ਲਿਆਉਂਦੇ ਨਾ, ਟਰੂਡੋ ਗਵਰਨਮੈਂਟ ਤੁਹਾਡੇ ਕੋਲ ਜਾਊਗੀ, ਫਿਰ ਮੇਰੇ ਕੋਲ ਆਊਗੀ, ਸਾਰੇ ਲੀਡਰ ਕੋਲ ਜਾਂ ਹਾਊਸ ਲੀਡਰਸ ਕੋਲ, ਆਹ ਅਸੀਂ ਲਿਆ ਰਹੇ ਹਾਂ, ਦੇ ਵਿਲ ਫੀਲ ਦਾ ਫੀਲ ਆਊਟ ਕਿੱਥੇ ਉਹਨਾਂ ਦੀ ਸਪੋਰਟ ਹੈ, ਕੌਣ ਉਹਨਾਂ ਦੀ ਸਪੋਰਟ ਕਰੂਗਾ, ਜੇ ਕੋਈ ਨਹੀਂ ਸਪੋਰਟ ਕਰਦੇ ਤਾਂ ਉਹਨੂੰ ਕੀ ਮੰਗਦੇ ਆ, ਕੀ ਡਿਮਾਂਡ ਹੈਗੀ ਹੈ, ਉਹਨੂੰ ਰੀਮੋਰਨਾਈਜ਼ ਦਾ ਬਿੱਲ ਟੂ ਬ੍ਰਿੰਗ ਬੈਕ ਟੂ ਦਾ ਪਾਰਲੀਮੈਂਟ। ਯਾਨੀ ਕਿ ਅਗਰ ਕਿਹਾ ਜਾਵੇ ਸਿੰਪਲ ਸ਼ਬਦਾਂ ਦੇ ਵਿੱਚ ਕਿ ਹੁਣ ਲਿਬਰਲਸ ਨੂੰ ਲਿਬਰਟੀ ਨਹੀਂ ਰਹਿ ਗਈ ਆਪਣੇ ਆਪ ਕੋਈ ਕੰਮ ਕਰਨ ਦੀ, ਪੰਜਾਬੀ ਕਹਿੰਦੇ ਨੇ ਤਾਂ ਫੰਗ ਕੱਟੇ ਗਏ। ਸੋ ਇੱਕ ਆਖਰੀ ਸਵਾਲ ਮੇਰੇ ਤੋਂ, ਮੇਰਾ ਤੁਹਾਡੇ ਵੱਲੋਂ, ਕਿ ਪੰਜਾਬ ਦੀ ਭਾਰਤ ਦੀ ਫੇਰੀ 'ਤੇ ਤੁਸੀਂ ਆਏ ਹੋ, ਕੈਨੇਡਾ ਦੇ ਰਿਪ੍ਰੈਜੈਂਟੇਟਿਵ ਬਣ ਕੇ, ਬੋਬ ਸਰੋਆ ਜੀ ਦੁਬਾਰਾ ਰੀਇਲੈਕਟ ਹੋਏ ਨੇ 23rd ਪਾਰਲੀਮੈਂਟ ਦੇ ਵਿੱਚ ਇੱਕ MP ਦੇ ਤੌਰ 'ਤੇ ਟੋਰਾਂਟੋ ਤੋਂ, ਹੁਣ ਉੱਥੇ ਦੇ ਲੋਕਾਂ ਦੇ ਲਈ ਉਹਨਾਂ ਦੀ ਕੀ ਸੇਵਾ ਅੱਗੇ ਹੋਵੇਗੀ? 4 ਸਾਲ ਲੋਕਾਂ ਨੇ ਤੁਹਾਨੂੰ ਪਰਖਿਆ, ਤੁਸੀਂ ਉਹਨਾਂ ਦੇ ਲਈ ਕੰਮ ਕੀਤਾ, ਸ਼ਾਇਦ ਉਹਨਾਂ ਦੇ ਹੀ ਨਤੀਜੇ ਕਰਕੇ ਤੁਹਾਨੂੰ ਦੁਬਾਰਾ ਰੀਇਲੈਕਟ ਕੀਤਾ, ਸੋ ਅੱਗੇ 4 ਸਾਲਾਂ ਲਈ ਤੁਹਾਡਾ ਕੀ ਪਲਾਨ ਹੋਵੇਗਾ? ਇਹ ਤੁਸੀਂ ਦੇਖੋ, 4 ਸਾਲਾਂ ਬਾਅਦ ਉਹਨੇ ਇਲੈਕਟ ਕੀਤਾ, ਜ਼ਿਆਦਾ ਵੋਟਾਂ ਨੇ ਕੀਤਾ। ਜਿਹੜੇ ਅਸੀਂ ਦੇਸ਼ ਸੇਵਾ, ਕਮਿਊਨਿਟੀ ਸੇਵਾ, ਗਰੁੱਪ ਵਰਕ, ਮੇਰੇ ਦਫ਼ਤਰ ਦੇ ਵਿੱਚ ਕਦੀ ਵੀ ਕੋਈ ਵੀ ਕਿਸੇ ਕਿਸਮ ਦਾ ਸਵਾਲ ਲੈ ਕੇ ਆਉਂਦੇ, ਅਸੀਂ ਪੂਰੀ ਹੈਲਪ ਕਰਦੇ ਹਾਂ, ਕਿਸੇ ਤਰ੍ਹਾਂ ਦੀ ਵੀ ਹੋਵੇ। ਕਈ ਚੀਜ਼ਾਂ ਐਕਸਪਲੇਨ ਕਰਨੀਆਂ ਕਾਫੀ ਮੁਸ਼ਕਲ ਹੋਣਗੀਆਂ ਇੱਥੇ, ਪਰ ਜਿੱਦਾਂ ਵੀ ਅਸੀਂ ਕਿਸੇ ਨੂੰ ਇਹਨੂੰ ਕਹਾਂਗੇ, ਇਹ ਮਿਊਨਿਸਪਲ ਕੁਐਸਚਨ ਆ, ਇਹ ਪ੍ਰੋਵਿੰਸ਼ੀਅਲ ਕੁਐਸਚਨ ਆ, ਇਹ ਸਾਡਾ ਕੁਐਸਚਨ ਨਹੀਂ, ਇੱਥੇ ਨਹੀਂ ਹੋ ਸਕਦਾ। ਜਿਹੜਾ ਮੇਰਾ ਸਟਾਫ ਆ, ਇਹ ਫੁੱਲੀ ਟ੍ਰੇਨਡ, ਜਿਹੜਾ ਵੀ ਆਵੇ, ਕੋਈ ਫੋਨ ਕਾਲ ਆਵੇ, ਜਿਹੜਾ ਵੀ ਆਵੇ, ਉਹਨਾਂ ਦੀ ਜੋਬ ਵੀ ਉਹਦਾ ਪੂਰਾ ਕਰੀਦਾ। ਜੇ ਕੋਈ ਨਾ ਸਟਾਫ ਕਰ ਸਕੇ ਤਾਂ ਆਈ ਵਿਲ ਮੇਕ ਦਾ ਲਾਸਟ ਕਾਲ। ਸੋ 70-80-90% ਕੰਮ ਜੇ ਤੁਸੀਂ ਦਿਲ ਤੋਂ ਕਰਦੇ ਤਾਂ ਹੋ ਜਾਂਦੇ ਆ। ਇਸੇ ਕਰਕੇ ਆਈ ਵਾਜ਼ ਇਲੈਕਟਡ, ਲੋਕਾਂ ਵਾਸਤੇ ਲੜਦੇ ਰਹਾਂਗੇ, ਡਰੱਗਸ ਬਾਰੇ, ਕਾਰਬਨ ਟੈਕਸ ਜਾਂ ਹੋਰ ਵੇਰੀਅਸ ਅਦਰ ਟੈਕਸਿਸ। ਵੀ ਆਲਸੋ ਬਿਲੀਵ ਇਨ ਦਾ ਲੋਅਰ ਟੈਕਸ ਫੋਰ ਦਾ ਸਮਾਲ ਬਿਜ਼ਨਸ ਐਂਡ ਦਾ ਮੀਡੀਅਮ ਬਿਜ਼ਨਸ, ਦੇ ਕ੍ਰੀਏਟ 80% ਆਫ ਦਾ ਟੋਟਲ ਕਨੇਡੀਅਨ ਜੋਬਸ। ਸੋ ਇਹਨਾਂ ਚੀਜ਼ਾਂ ਦੀ ਕਾਫੀ ਸਪੋਰਟ ਹੈਗੀ ਹੈ। ਫਿਰ ਮੈਂ ਆਸ ਕਰਦਾ ਫਿਰ ਫਿਊਚਰ 2 ਸਾਲ 'ਚ ਜੇ ਇਲੈਕਸ਼ਨ ਹੁੰਦੀ ਹੈ, ਫਿਰ ਵੀ ਇਸੇ ਤਰ੍ਹਾਂ ਕਿ ਫਿਰ ਵੀ ਜਿੱਤਾਂਗੇ। ਸੋ ਇਹ ਸਨ ਸਾਡੇ ਨਾਲ ਕੈਨੇਡੀਅਨ MP ਬੋਬ ਸਰੋਆ ਜੀ, ਜਿਹੜੇ ਭਾਰਤ ਦੀ ਫੇਰੀ 'ਤੇ ਆਏ ਨੇ, ਖਾਸ ਤੌਰ 'ਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੇ ਸਮਾਗਮਾਂ ਦੀ ਲੜੀ 'ਤੇ, ਖਾਸ ਤੌਰ 'ਤੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ 'ਤੇ। ਹਾਲਾਂਕਿ ਉਹ ਪਾਕਿਸਤਾਨ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਨਹੀਂ ਕਰ ਪਾਏ, ਲੇਕਿਨ ਬਾਰਡਰ ਤੱਕ ਉਹਨਾਂ ਨੇ ਇੱਕ ਪੰਜਾਬੀ ਹੋਣ ਦੇ ਨਾਤੇ ਜੋ ਆਪਣੀਆਂ ਫੀਲਿੰਗਸ, ਜੋ ਆਪਣੇ ਇਮੋਸ਼ਨਸ ਉਹਨਾਂ ਨੇ ਉਸ ਵੇਲੇ ਮਹਿਸੂਸ ਕੀਤੇ ਉਸ ਧਰਤੀ ਨੂੰ ਚੁੰਮ ਕੇ, ਉਹ ਸਾਡੇ ਨਾਲ ਉਹਨਾਂ ਨੇ ਸਾਂਝੇ ਕੀਤੇ। ਸੋ ਇਹ ਸਨ ਸਾਡੇ ਨਾਲ ਬੋਬ ਸਰੋਆ ਜੀ। ਸਰ, ਥੈਂਕ ਯੂ ਸੋ ਮਚ ਫੋਰ ਯੋਰ ਪ੍ਰੀਸ਼ੀਅਸ ਟਾਈਮ। ਥੈਂਕ ਯੂ ਸੋ ਮਚ। ਸੋ ਦੇਸ਼ ਵਿਦੇਸ਼ ਦੀ ਤਮਾਮ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਸਾਂਝਾ TV ਦੇ ਨਾਲ। ਮੈਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ।